ਹੈਲੋ ਸਟੂਡੈਂਟਸ ਵੈਲਕਮ ਬੈਕ ਟੂ ਮਾਈ YouTube ਚੈਨਲ ਸੋ ਬੱਚੇ ਤੁਹਾਡੇ ਲਈ ਬਹੁਤ ਹੀ ਇੰਟਰਸਟਿੰਗ ਕੁਐਸਚਨ ਲੈ ਕੇ ਆ ਰਹੀ ਆ ਹੁਣੇ-ਹੁਣੇ ਇੱਕ ਬੱਚੇ ਨੇ ਕੁਐਸਚਨ ਪੁੱਛਿਆ ਕਿ ਮੈਮ ਜੋ 33rd ਕੁਐਸਚਨ ਆ ਅਧਰ ਦੇ ਕੁਐਸਚਨਸ ਨੂੰ ਕਰਨ ਦਾ ਕੀ ਮੈਥਡ ਆ ਸਾਨੂੰ ਕਿੱਦਾਂ ਸਮਝ ਲੱਗੇਗਾ ਕਿ ਲੂਪ ਦੇ ਅੰਦਰ ਕਲੌਕਵਾਈਸ ਚੱਲ ਰਿਹਾ ਆ ਕਿ ਐਂਟੀਕਲੌਕਵਾਈਸ ਜਿਹੜਾ ਕਰੰਟ ਆ ਫਲੋ ਹੋ ਰਿਹਾ ਸੋ ਕਿੱਦਾਂ ਪਤਾ ਲੱਗੇਗਾ ਸੋ ਬੱਚੇ ਛੋਟਾ ਜਿਹਾ ਟ੍ਰਿਕ ਜਿਹੜਾ ਮੈਂ ਤੁਹਾਡੇ ਲਈ ਬਣਾਇਆ ਪਹਿਲਾ ਸਭ ਤੋਂ ਪਹਿਲਾਂ ਆਪਾਂ ਉਹ ਸਮਝਦਿਆਂ देन ਇਹਦੇ ਵਿੱਚ ਕੁਐਸਚਨ ਨੰਬਰ 33 ਐਂਡ 38 ਤੁਸੀਂ ਖੁਦ ਕਰਕੇ ਦੇਖਣਾ ਬਹੁਤ ਈਜ਼ੀਲੀ ਹੋ ਜਾਏਗਾ ਸੋ ਚਲੋ ਬੱਚੇ ਆਪਾਂ ਟਰਿਕ ਸਟਾਰਟ ਕਰਦਿਆਂ ਨੰਬਰ 1 ਪਹਿਲਾਂ ਬੱਚੇ ਰੂਲਸ ਚੰਗੀ ਤਰੀਕੇ ਨਾਲ ਸਮਝ ਲਓ ਛੋਟਾ ਜਿਹਾ ਟਰਿਕ ਹੈ ਵੈਸੇ ਤਾਂ ਲੈਂਜ਼ ਲਾਅ ਦੇ ਨਾਲ ਇਹਨੂੰ ਜ਼ਿਆਦਾ ਅੱਛੇ ਤਰੀਕੇ ਨਾਲ ਐਕਸਪਲੇਨ ਕਰ ਸਕਦੇ ਆ ਕਿ ਲੈਂਜ਼ ਲਾਅ ਕਿਸ ਤਰੀਕੇ ਨਾਲ ਬਟ ਮੈਂ ਤੁਹਾਡੇ ਲਈ ਸ਼ਾਰਟ ਟਰਿਕ ਲੈ ਕੇ ਆਈਆਂ ਸੋ ਸ਼ਾਰਟ ਟਰਿਕ ਦੇ ਨਾਲ ਆਪਾਂ ਕਰਦਿਆਂ ਨੰਬਰ 1 ਉੱਪਰ ਦੇਖੋ ਬੱਚੇ ਇੱਕ ਕੁਆਇਲ 기ਵਨ ਹੈ ਠੀਕ ਹੈ ਤੁਹਾਡੀ ਕੋਈ ਇੱਕ ਕੋਇਲ ਹੈ ਇਸ ਤਰ੍ਹਾਂ ਦੀ ਔਰ ਆ ਤੁਹਾਡੀ ਇੱਕ ਵਾਇਰ ਆ ਸੋ ਵਾਇਰ ਦੇ ਵਿੱਚ ਕਰੰਟ A ਤੋਂ ਲੈ ਕੇ B ਤੱਕ ਫਲੋ ਹੋ ਰਿਹਾ ਇਫ ਥਿਸ ਕਰੰਟ ਇਜ਼ ਅ ਕਨਸਟੈਂਟ ਮੰਨ ਲਓ ਕਰੰਟ ਤੁਹਾਨੂੰ ਕੀ 기ਵਨ ਆ ਕਨਸਟੈਂਟ ਕਰੰਟ ਅਗਰ ਕਰੰਟ ਕਨਸਟੈਂਟ ਹੋਏਗਾ ਇਹਦਾ ਮਤਲਬ ਮੈਗਨੇਟਿਕ ਫਲਕਸ ਜਿਹੜਾ ਪ੍ਰੋਡਿਊਸ ਹੋ ਰਿਹਾ दैट इज ਆਲਸੋ ਕਨਸਟੈਂਟ ਸੋ ਸਾਡੇ ਕੋ ਬੱਚੇ ਫਾਈ ਦਾ ਫਾਰਮੂਲਾ ਆ B.A ਇਹਦਾ ਮਤਲਬ ਮੈਗਨੇਟਿਕ ਫੀਲਡ ਵੀ ਕੀ ਹੋ ਜਾਏਗੀ ਕਨਸਟੈਂਟ ਅਗਰ ਤੁਹਾਡੀ ਮੈਗਨੇਟਿਕ ਫੀਲਡ ਕਨਸਟੈਂਟ ਆ ਇਹਦਾ ਮਤਲਬ ਇਹਦਾ ਡੈਰੀਵੇਟਿਵ ਕੀ ਹੋ ਜਾਏਗਾ ਫਲਕਸ ਕਨਸਟੈਂਟ ਆ ਬੱਚੇ ਡੈਰੀਵੇਟਿਵ ਕੀ ਹੋ ਜਾਏਗਾ ਤੁਹਾਡਾ ਜ਼ੀਰੋ ਫਲਕਸ ਕੋਈਆ ਕਨਸਟੈਂਟ ਤੇ ਡੈਰੀਵੇਟਿਵ ਕੀ ਹੋ ਜਾਏਗਾ ਜ਼ੀਰੋ ਅਕੋਰਡਿੰਗ ਟੂ ਲੈਂਜ਼ ਲਾਅ E ਕੇ ਦੀ ਇਕੁਅਲ ਹੁੰਦਾ -dΦ/dt ਅਗਰ dΦ/dt ਤੁਹਾਡੀ ਜ਼ੀਰੋ ਆ ਤਾਂ ਤੁਹਾਡੀ EMF ਕਿੰਨੀ ਹੋ ਜਾਏਗੀ ਜ਼ੀਰੋ ਠੀਕ ਹੈ ਜੀ ਸੋ ਇਹ ਡਾਇਰੈਕਟ ਕਿੰਨਾ ਹੋ ਜਾਏਗਾ ਜ਼ੀਰੋ ਇਹਦਾ ਮਤਲਬ ਕੋਈ ਵੀ ਕਰੰਟ ਜਿਹੜਾ ਫਲੋ ਨਹੀਂ ਕਰੇਗਾ ਸੋ ਪਹਿਲੇ ਨੰਬਰ ਤੇ ਸਿੰਪਲੀ ਲਰਨ ਕਰ ਲਓ ਯਾਦ ਰੱਖ ਲਓ ਅਗਰ ਤੁਹਾਡੀ ਵਾਇਰ ਦੇ ਵਿੱਚ ਕਨਸਟੈਂਟ ਕਰੰਟ ਫਲੋ ਹੋ ਰਿਹਾ ਜੇ ਵਰਡ ਆ ਗਿਆ ਕਨਸਟੈਂਟ ਇਹਦਾ ਮਤਲਬ ਇਸ ਲੂਪ ਦੇ ਵਿੱਚ ਕੋਈ ਵੀ ਕਰੰਟ ਫਲੋ ਨਹੀਂ ਕਰ ਰਿਹਾ ਠੀਕ ਹੈ ਜੀ ਸੈਕੰਡ ਤੇ ਆਜੋ ਹੁਣ ਬੱਚੇ ਮੇਨ ਟ੍ਰਿਕ ਤੇ ਆਜੋ ਧਿਆਨ ਨਾਲ ਸਮਝਿਓ ਹੁਣ ਇਸ ਤਰ੍ਹਾਂ ਦਾ ਤੁਹਾਨੂੰ ਇੱਕ ਸਰਕਲ 기ਵਨ ਆ ਔਰ ਇੱਕ ਵਾਇਰ ਇਸ ਤਰੀਕੇ ਨਾਲ গিਵਨ ਆ ਉਹਨਾਂ ਨੇ ਕਿਹਾ a ਤੋਂ ਲੈ ਕੇ b ਤੱਕ ਜਿਹੜਾ ਕਰੰਟ ਇਸ ਡਾਇਰੈਕਸ਼ਨ ਦੇ ਵਿੱਚ ਫਲੋ ਕਰ ਰਿਹਾ ਕਰੰਟ ਇਨਕਰੀਜ਼ਿੰਗ ਇੱਥੇ ਲਿਖਿਆ ਹੋਊਗਾ ਕਰੰਟ ਜਿਹੜਾ ਆ ਇਨਕਰੀਜ਼ ਕਰ ਰਿਹਾ a ਤੋਂ ਲੈ ਕੇ b ਤੱਕ ਜਦੋਂ ਤੁਸੀਂ ਕਰੰਟ ਫਲੋ ਕਰ ਰਹੇ ਆ ਕੰਟੀਨਿਊਸਲੀ ਇਨਕਰੀਜ਼ ਕਰ ਰਿਹਾ ਸੋ ਟ੍ਰਿਕ ਧਿਆਨ ਨਾਲ ਸਮਝਿਓ ਅਗਰ ਬੱਚੇ ਇਨਕਰੀਜ਼ ਕਰ ਰਿਹਾ ਉੱਪਰ ਇੱਕ ਹੋਰ ਲਾਈਨ ਬਣਾ ਲਓ ਇਸ ਲਾਈਨ ਦੇ ਉੱਪਰ ਇੱਕ ਹੋਰ ਲਾਈਨ ਬਣਾ ਲਓ ਅਗਰ ਇਨਕਰੀਜ਼ ਕਰ ਰਿਹਾ ਇਹਦਾ ਮਤਲਬ ਓਪੋਜ਼ਿਟ ਸਾਈਡ ਤੇ ਕੀ ਹੋਊਗਾ ਉੱਪਰ ਵਾਲੀ ਵਾਇਰ ਚ ਕੀ ਹੋਊਗਾ ਓਪੋਜ਼ਿਟ ਕਰੰਟ ਪ੍ਰੋਡਿਊਸ ਹੋ ਜਾਊਗਾ ਟ੍ਰਿਕ ਦੱਸ ਰਹੀਆਂ ਬੱਚੇ ਨੂੰ ਸੋਲਵ ਕਰਨ ਦਾ ਮੈਥਡ ਇਹਦਾ ਮਤਲਬ ਇੱਧਰ ਕੀ ਸੀ ਇਸ ਡਾਇਰੈਕਸ਼ਨ 'ਚ ਜਾ ਰਹੀ ਅਸੀਂ ਆਪਣੇ ਵੱਲੋਂ ਇੱਕ ਵਾਇਰ ਇੱਧਰ ਕ੍ਰੀਏਟ ਕੀਤੀ ਔਰ ਇਹਦਾ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਅਸੀਂ ਸਾਈਨ ਲਗਾ ਦਿੱਤਾ ਹੁਣ ਓਪੋਜ਼ਿਟ ਹੀ ਅਸੀਂ ਇੱਥੇ ਲਗਾ ਦਿੰਨੇ ਆ ਕਿਉਂਕਿ ਆ ਛੋਟੀ ਜੀ ਵਾਇਰ ਆ ਛੋਟੇ ਜੇ ਪੋਰਸ਼ਨ ਨੂੰ ਅਸੀਂ ਛੋਟੀ ਜੀ ਵਾਇਰ ਮੰਨ ਲਿਆ ਅਗਰ ਇਹਦੀ ਡਾਇਰੈਕਸ਼ਨ ਇਸ ਪਾਸੇ ਆ ਦੇ ਦੀ ਇੱਧਰ ਬਣਾ ਲਈ ਸੋ ਆ ਦੇਖ ਲਓ ਆ ਕਿਹੜੇ ਕੀ ਬਣ ਰਿਹਾ ਤੁਹਾਡਾ ਕਲॉकवाइज ਸੋ ਇਹਦਾ ਆਨਸਰ ਕੀ ਆਏਗਾ ਕਲॉकवाइज ਕਲੀਅਰ ਹੋ ਗਈ ਬੱਚੇ ਟਰਿਕ ਸਿਮਿਲਰਲੀ ਮੰਨ ਲਓ ਸੇਮ ਤੁਹਾਡਾ ਸਰਕਲ ਆ ਸੇਮ ਸਰਕਲ ਆ A ਤੋਂ ਲੈ ਕੇ B ਤੱਕ ਜਿਹੜਾ ਤੁਹਾਡਾ ਕਰੰਟ ਫਲੋ ਹੋ ਰਿਹਾ ਸੈਕੰਡ অর ਥਰਡ ਪਾਰਟ ਧਿਆਨ ਨਾਲ ਸਮਝਣਾ ਇੱਥੇ ਵੀ A ਤੋਂ ਲੈ ਕੇ B ਤੱਕ ਇਸ ਡਾਇਰੈਕਸ਼ਨ ਚ ਫਲੋ ਹੋ ਰਿਹਾ ਸੀ ਇਧਰ ਵੀ A ਤੋਂ ਲੈ ਕੇ B ਤੱਕ ਇਸ ਡਾਇਰੈਕਸ਼ਨ ਚ ਫਲੋ ਹੋ ਰਿਹਾ ਇੱਥੇ ਕਰੰਟ ਇਨਕਰੀਜ਼ ਹੋ ਰਿਹਾ ਸੀ ਇੱਥੇ ਕਰੰਟ ਕੀ ਹੋ ਰਿਹਾ ਡਿਕਰੀਜ਼ ਹੋ ਰਿਹਾ ਜਦੋਂ ਡਿਕਰੀਜ਼ ਹੋਏਗਾ ਫੇ ਕੀ ਕਰਨਾ ਸੇਮ ਇੱਥੇ ਵੀ ਇੱਕ ਲਾਈਨ ਬਣਾਓ ਜੇ ਡਿਕਰੀਜ਼ ਹੋ ਰਿਹਾ ਸੇਮ ਡਾਇਰੈਕਸ਼ਨ ਦੇ ਵਿੱਚ ਐਰੋ ਅਪਲਾਈ ਕਰ ਦਿਓ ਸੋ ਛੋਟਾ ਜਿਹਾ ਪੋਰਸ਼ਨ ਇੱਕ ਛੋਟੀ ਜੀ ਵਾਇਰ ਆ ਸੋ ਸੇਮ ਡਾਇਰੈਕਸ਼ਨ ਦੇ ਵਿੱਚ ਕਰੰਟ ਦਾ ਸਾਈਨ ਬਣਾ ਦਿਓ ਸੋ ਦੇਖ ਲਓ ਕਿ ਕਿਹੜੀ ਡਾਇਰੈਕਸ਼ਨ ਚ ਜਾ ਰਿਹਾ ਐਂਟੀ ਕਲॉकवाइज ਡਾਇਰੈਕਸ਼ਨ ਦੇ ਵਿੱਚ ਬੱਚਿਓ ਸੈਕੰਡ ਔਰ ਥਰਡ ਧਿਆਨ ਨਾਲ ਸਮਝ ਲਓ ਠੀਕ ਹੈ ਇੱਕ ਵਾਇਰ ਆ A ਤੋਂ ਲੈ ਕੇ B ਤੱਕ ਇੱਕ ਵਾਇਰ ਆ ਇਹ ਤੋਂ ਲੈ ਕੇ b ਤੱਕ ਇਹਦਾ ਕਰੰਟ ਵੀ ਇੱਧਰ ਜਾ ਰਿਹਾ ਇਹਦਾ ਵੀ a ਤੋਂ b ਤੱਕ ਜਾ ਰਿਹਾ ਇੱਥੇ ਇੱਕ ਲੂਪ ਔਰ ਇੱਥੇ ਵੀ ਇੱਕ ਲੂਪ ਆ ਉਹਨਾਂ ਨੇ ਪੁੱਛਿਆ ਲੂਪ ਦੇ ਵਿੱਚ ਕਿੱਦਾਂ ਆਂਦਾ ਜਿਹੜਾ ਆ ਇੰਡਿਊਸਡ ਈਐਮਐਫ ਪ੍ਰੋਡਿਊਸ ਹੋਏਗਾ ਅਗਰ ਇੱਧਰ ਨੂੰ ਜਾ ਰਿਹਾ ਔਰ ਇਨਕਰੀਜ਼ਿੰਗ ਕਰੰਟ ਆ ਤਾਂ ਅਸੀਂ ਇੱਕ ਹੋਰ ਵਾਇਰ ਲੈਣੀ ਤਾਂ ਆਪੋਜ਼ਿਟ ਸਾਈਨ ਬਣਾ ਦੇਣਾ ਉੱਥੇ ਉਹਨਾਂ ਨੇ ਕਿਹਾ ਕਰੰਟ ਡਿਕਰੀਜ਼ਿੰਗ ਆ ਅਸੀਂ ਇੱਕ ਵਾਇਰ ਉੱਪਰ ਬਣਾਈ ਤਾਂ ਸੇਮ ਡਾਇਰੈਕਸ਼ਨ ਦੇ ਵਿੱਚ ਐਰੋ ਲਗਾਤਾ ਸੋ ਆਹੀ ਵਾਲਾ ਪਾਸਾ ਅਸੀਂ ਮੰਨ ਲਿਆ ਇੱਕ ਵਾਇਰ ਆ ਸੋ ਇਸ ਤਰੀਕੇ ਨਾਲ ਬਣਾਤਾ ਸੋ ਆ ਕੀ ਹੋ ਗਿਆ ਤੁਹਾਡਾ ਐਂਟੀ ਕਲॉकवाइज ਡਾਇਰੈਕਸ਼ਨ ਅਗਰ ਇੱਥੇ ਅਸੀਂ ਮੰਨ ਲਈਏ ਕਿ ਆ ਇੱਧਰ ਨੂੰ ਵਾਇਰ ਜਾ ਰਹੀ ਹੈ ਇੱਦਾਂ ਜਾ ਰਹੀ ਤਾਂ ਇਦਾਂ ਤਾਂ ਕੀ ਆ ਤੁਹਾਡੀ ਕਲॉकवाइज ਡਾਇਰੈਕਸ਼ਨ ਕਲੀਅਰ ਹੋ ਗਿਆ ਬੱਚੇ ਸੈਕਿੰਡ ਔਰ ਥਰਡ ਪੁਆਇੰਟ ਠੀਕ ਹੈ ਜੀ ਹੁਣ ਮੰਨ ਲਓ ਇੱਕ ਹੋਰ ਐਗਜ਼ਾਮਪਲ ਲੈ ਲੈਣੇ ਤੁਹਾਨੂੰ ਸਮਝਾਉਣ ਦੇ ਲਈ ਲੈ ਰਹੀਆਂ ਕਿ ਆਪਾਂ ਕੀ ਕੀਤਾ ਇੱਕ ਸਰਕਲ ਲੈ ਲਿਆ ਇਸ ਤਰੀਕੇ ਨਾਲ ਹੁਣ ਉਹਨਾਂ ਨੇ ਕਿਹਾ b ਤੋਂ ਲੈ ਕੇ a ਤੱਕ ਜਾ ਰਿਹਾ b ਤੋਂ ਲੈ ਕੇ a ਤੱਕ ਜਾ ਰਿਹਾ ਪਰ ਤੁਹਾਡਾ ਜਿਹੜਾ ਕਰੰਟ ਆ ਉਹ ਕੀ ਹੋ ਰਿਹਾ ਡਿਕਰੀਸ ਡਿਕਰੀਜ਼ਿੰਗ ਆ ਡਿਕਰੀਜ਼ਿੰਗ ਦੇ ਲਈ ਕੀ ਕਰਨਾ ਸੀ ਅਸੀਂ ਉੱਪਰ ਇੱਕ ਹੋਰ ਸੇਮ ਵਾਇਰ ਲਾਈ ਜੇ ਡਿਕਰੀਜ਼ਿੰਗ ਆ ਜਿੱਧਰ ਨੂੰ ਕਰੰਟ ਜਾਂਦਾ ਉਧਰ ਨੂੰ ਹੀ ਅਸੀਂ EMF ਡਰਾ ਕਰ ਦੇਣੀ ਮਤਲਬ ਸੇਮ ਡਾਇਰੈਕਸ਼ਨ ਚ ਕਰ ਦਿੱਤੀ ਮੰਨ ਲਿਆ ਆ ਵੀ ਇੱਕ ਛੋਟੀ ਜੀ ਵਾਇਰ ਆ ਉੱਪਰ ਗਈ ਤਾਂ ਇਧਰ ਨੂੰ ਗਈ ਸੋ ਆ ਕਿੱਦਾਂ ਕਿੱਦਾਂ ਦਾ ਸਾਈਨ ਬਣ ਰਿਹਾ ਕਲਾਕਵਾਇਜ਼ ਸੋ ਤੁਹਾਡਾ ਆਨਸਰ ਕੀ ਆ ਜਾਣਾਗਾ ਕਲਾਕਵਾਇਜ਼ ਕਲੀਅਰ ਹੋ ਗਿਆ ਬੱਚੇ ਟ੍ਰਿਕ ਸਿੰਪਲ ਚਾਰ ਮੈਥਡ ਜੇ ਕਨਸਟੈਂਟ ਆ ਤਾਂ ਕੋਈ ਕਰੰਟ ਨਹੀਂ EMF ਨਹੀਂ ਪ੍ਰੋਡਿਊਸ ਹੋਏਗਾ ਜ਼ੀਰੋ ਅਗਰ A ਤੋਂ ਲੈ ਕੇ B ਤੱਕ ਇਨਕਰੀਜ਼ਿੰਗ ਆਰਡਰ ਚ ਜਾਂਦਾ ਸੀ ਇੱਕ ਹੋਰ ਵਾਇਰ ਬਣਾਣੀ ਆ ਤਾਂ ਆਪੋਜ਼ਿਟ ਸਾਈਨ ਲਗਾ ਦੇਣਾ ਅਗਰ ਡਿਕਰੀਜ਼ਿੰਗ ਆਰਡਰ ਚ ਆ ਤੇ ਇੱਕ ਹੋਰ ਵਾਇਰ ਬਣਾਣੀ ਤਾਂ ਸੇਮ ਡਾਇਰੈਕਸ਼ਨ ਦੇ ਵਿੱਚ ਲਗਾ ਦੇਣਾ ਤਾਂ ਆਪਾਂ ਚੈੱਕ ਕਰ ਲੈਣਾ ਕਿ ਕਲਾਕਵਾਇਜ਼ ਆ ਜਾਂ ਫਿਰ ਐਂਟੀਕਲਾਕਵਾਇਜ਼ ਸੋ ਕੁਐਸ਼ਨਸ ਦੇਖਦੇ ਆਂ ਕਵੈਸਚਨ ਨੰਬਰ 33 ਦੇਖੋ ਬੱਚੇ ਹੁਣ ਖੁਦ ਕਰਨ ਦੀ ਟਰਾਈ ਕਰਿਓ ਫਿਰ ਆਨਸਰ ਚੈੱਕ ਕਰ ਲੈਣਾ ਕਿ ਤੁਹਾਡਾ ਆਨਸਰ ਮੈਚ ਕਰ ਰਿਹਾ ਕਿ ਨਹੀਂ ਮੈਚ ਕਰ ਰਿਹਾ ਫਰਸਟ ਨੰਬਰ ਆ ਦਾ ਕਰੰਟ ਫਲੋਸ ਫਰਮ A ਟੂ B ਉਹਨਾਂ ਨੇ ਕਿਹਾ A ਤੋਂ ਲੈ ਕੇ B ਤੱਕ ਤੁਹਾਡਾ ਕਰੰਟ ਫਲੋ ਕਰ ਰਿਹਾ ਕਰ ਰਿਹਾ ਠੀਕ ਹੈ ਜੀ ਦਾ ਡਾਇਰੈਕਸ਼ਨ ਆਫ ਇੰਡਿਊਸਡ ਕਰੰਟ ਇਨ ਦਾ ਲੂਪ ਵੈਨ ਕਰੰਟ ਇਜ਼ ਇਨਕਰੀਜ਼ਿੰਗ ਹੁਣ ਇੱਥੇ ਕੀ ਆ ਕਰੰਟ ਤੁਹਾਡਾ ਕੀ ਕਰ ਰਿਹਾ ਇਨਕਰੀਜ਼ ਇਨਕਰੀਜ਼ ਕਰ ਰਿਹਾ ਸੀ ਉੱਪਰ ਇੱਕ ਹੋਰ ਵਾਇਰ ਬਣਾਈ ਕੀ ਕਰਨਾ ਜੇ ਸੇਮ ਆ ਤਾਂ ਕੀ ਕਰਾਂਗੇ ਆਪੋਜ਼ਿਟ ਸਾਈਨ ਲਗਾਤਾ ਆਹ ਲੋ ਜੀ ओपोजिट साइन लगाता आ छोटे जो पोर्शन असी वायर की तरह मान लिया तो ओपोजिट साइन इधर होएगा यदा मतलब आही करंट उपर जाएगा आही करंट इधर न जाएगा सो किद का यह लूप चल रही है हूँ कलॉकवाइज सो आंसर थोड़ा की आ जाएगा कलॉक वाइज क्लीयर हो गया जी चलो नैक्सट क्वेश्चन पर चलते हैं क्वेश्चन नंबर थर्टी एट इन द गिवन फिगर करंट फ्रोइंग फ्लोइंग फ्रॉम ए टू बी ਹੁਣ ਅਗੇਨ A ਤੋਂ ਲੈ ਕੇ B ਤੱਕ ਜਿਹੜਾ ਤੁਹਾਡਾ ਕਰੰਟ ਫਲੋ ਕਰ ਰਿਹਾ A ਤੋਂ ਲੈ ਕੇ B ਤੱਕ ਕਰੰਟ ਫਲੋ ਕਰ ਰਿਹਾ ਇਨ ਅ ਸਟ੍ਰੇਟ ਵਾਇਰ ਇਜ਼ ਡਿਕਰੀਜ਼ਿੰਗ ਹੁਣ ਕੀ ਆ ਤੁਹਾਡਾ ਕਰੰਟ ਡਿਕਰੀਜ਼ਿੰਗ ਡਿਕਰੀਜ਼ਿੰਗ ਚ ਕੀ ਰੂਲ ਸੀ ਅਸੀਂ ਕੋਈ ਹੋਰ ਵਾਇਰ ਲਿੱਤੀ ਤਾਂ ਸੇਮ ਡਾਇਰੈਕਸ਼ਨ ਦੇ ਵਿੱਚ ਬਣਾ ਦੇਣਾ ਜੇ ਡਿਕਰੀਜ਼ਿੰਗ ਆ ਇਹਦਾ ਮਤਲਬ ਆਹ ਵਾਲਾ ਲੂਪ ਵੀ ਇਸ ਤਰ੍ਹਾਂ ਐਕਟ ਕਰੇਗਾ ਵਾਇਰ ਦੀ ਤਰ੍ਹਾਂ ਸੋ ਕਰੰਟ ਇਸ ਡਾਇਰੈਕਸ਼ਨ ਚ ਗਿਆ ਤਾਂ ਕਿੱਧਰ ਨੂੰ ਜਾ ਰਿਹਾ ਆਪੋਜ਼ਿਟ ਡਾਇਰੈਕਸ਼ਨ ਨੂੰ ਜਿੱਦਾਂ ਘੜੀ ਦੀਆਂ ਉਲਟੀਆਂ ਸੂਈਆਂ ਘੁੰਮਦੀਆਂ ਇੱਦਾਂ ਘੁੰਮ ਰਿਹਾ ਸੋ ਕੀ ਹੋ ਗਿਆ ਐਂਟੀਕਲੌਕਵਾਈਸ ਸੋ ਆਨਸਰ ਕੀ ਆ ਜਾਏਗਾ ਸੌਰੀ ਐਂਟੀਕਲੌਕਵਾਈਸ ਠੀਕ ਹੈ ਜੀ ਐਂਟੀਕਲੌਕਵਾਈਸ ਮਤਲਬ ਬੀ ਆਪਸ਼ਨ ਇਜ਼ ਦਾ ਰਾਈਟ ਆਨਸਰ ਕਲੀਅਰ ਹੋ ਗਿਆ ਸੋ ਬੱਚੇ ਇਹ ਕੁਐਸਚਨ ਮੈਨੂੰ ਟੈਲੀਗ੍ਰam ਚੈਨਲ ਦੇ ਉੱਪਰ ਕਿਸੇ ਸਟੂਡੈਂਟ ਨੇ ਪੁੱਛਿਆ ਸੀ ਅਗਰ ਤੁਹਾਡਾ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਕੁਐਸਚਨ ਹੋਵੇ ਜਿਹੜਾ ਤੁਸੀਂ ਪੁੱਛਣਾ ਚਾਹੁੰਦੇ ਆ ਤੁਹਾਨੂੰ ਫਿਜ਼ਿਕਸ 'ਚ ਕਿਸੇ ਤਰੀਕੇ ਦੀ ਵੀ ਕੋਈ ਵੀ ਪ੍ਰੋਬਲਮ ਆਂਦੀ ਆ ਬੱਚੇ ਟੈਲੀਗ੍ਰam ਚੈਨਲ ਜੇ ਤੁਹਾਡੇ ਕੋਲ ਟੈਲੀਗ੍ਰam ਤੇ ਹੈਗੇ ਆ ਤੁਸੀਂ ਤਾਂ ਟੈਲੀਗ੍ਰam ਚੈਨਲ ਤੇ ਪੁੱਛ ਸਕਦੇ ਆ ਨਹੀਂ ਤਾਂ ਤੁਸੀਂ ਬੱਚੇ YouTube ਤੇ ਵੀ ਕਿਸੇ ਵੀ ਵੀਡੀਓ ਦੇ ਉੱਪਰ ਕਮੈਂਟ ਕਰਕੇ ਪੁੱਛ ਸਕਦੇ ਆ ਜਿੱਦਾਂ ਹੀ ਮੇਰਾ ਟਾਈਮ ਹੋਏਗਾ ਬੱਚੇ ਡੈਫੀਨਿਟਲੀ 100% ਮੈਂ ਤੁਹਾਡੀ ਜਿਹੜੀਆਂ ਪ੍ਰੋਬਲਮਸ ਆ ਸੋਲਵ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ ਥੈਂਕ ਯੂ ਸੋ ਮੱਚ ਸੋ ਵੀਡੀਓ ਨੂੰ ਬੱਚੇ ਲਾਈਕ ਜ਼ਰੂਰ ਕਰ ਦੇਣਾ ਸ਼ੇਅਰ ਕਰ ਦੇਣਾ ਔਰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ